ਕੈਬਨਟ ਕੋਲੀਗ ਅੱਜ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਦਿਨ ਕੈਬਨਟ ਦੀ ਮੀਟਿੰਗ ਹੋਈ ਜਿਦੇ ਵਿੱਚ ਬਹੁਤ ਹੀ ਅਹਿਮ ਫੈਸਲੇ ਪੰਜਾਬ ਦੀ ਉન્નਤੀ ਲਈ ਪੰਜਾਬ ਦੀ ਤਰੱਕੀ ਦੇ ਲਈ ਪੰਜਾਬ ਵਿੱਚ ਵੱਖ-ਵੱਖ ਪਾਲਿਸੀਆਂ ਪੰਜਾਬ ਦੇ ਅੰਦਰ ਜੇ ਇੰਟਰੋਡਿਊਸ ਕੀਤੀਆਂ ਗਈਆਂ ਉਹਨਾਂ ਵਿੱਚੋਂ ਕੁਝ ਜਿਹੜੇ ਅਹਿਮ ਫੈਸਲੇ ਲਏ ਗਏ ਜਿਹੜੇ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਵਿੱਚ ਜਿਹੜਾ ਗਰੁੱਪ B ਤੇ C ਦਾ ਜਿਹੜੀਆਂ ਗਰੁੱਪ ਬੀ ਚ ਪੋਸਟਾਂ ਕੁਛ ਆ ਗਈਆਂ ਸੀ ਕਿਉਂਕਿ ਕਈਆਂ ਪੋਸਟਾਂ ਦੇ ਤਨਖਾਹ ਸਕੇਲ ਵਧਣ ਦੇ ਕਾਰਨ ਜਿਵੇਂ ਕਲਰਕਾਂ ਦੀ ਭਰਤੀ ਦੀ ਗੱਲ ਕਰੀਏ ਉਹ ਗਰੁੱਪ ਬੀ ਚ ਆ ਗਈਆਂ ਪਰ ਲੇਕਿਨ ਉੱਥੇ ਕੋਈ ਮੈਕੈਨਿਜ਼ਮ ਨਹੀਂ ਸੀ ਭਰਤੀ ਕਰਨ ਦਾ ਉਹ ਐਸਐਸ ਬੋਰਡ ਦੇ ਵਿੱਚ ਹੀ ਦੇਖਿਆ ਗਿਆ ਨੇ ਸੋ ਉੱਥੇ ਅਸੀਂ ਗਰੁੱਪ ਏ ਦੀਆਂ ਪੋਸਟਾਂ ਜਿਹੜੀਆਂ ਉਹ ਸਿਰਫ ਤੇ ਸਿਰਫ ਪਬਲਿਕ ਯੂਨੀਅਨ ਪਬਲਿਕ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਜਿਹੜਾ ਹੈਗਾ ਉਹ ਕਰਿਆ ਕਰੂ ਦੂਸਰੀਆਂ ਪੋਸਟਾਂ ਜਿਹੜੀਆਂ ਐਸਐਸ ਬੋਰਡ ਕਰਿਆ ਕਰੂਗਾ ਇਸ ਤੋਂ ਇਲਾਵਾ ਪੰਜਾਬ ਫੋਰੈਂਸਿਕ ਸਾਇੰਸ ਸਰਵਿਸ ਰੂਲ ਦੇ ਵਿੱਚ ਜਿਹੜੀ ਥੋੜੀ ਬਹੁਤੀ ਅਮੈਂਡਮੈਂਟ ਕੀਤੀ ਗਈ ਆ ਤਾਂ ਕਿ ਜਿਹੜੀਆਂ ਉੱਥੇ ਕਾਫੀ ਸਾਰੀਆਂ ਟੈਕਨੀਕਲ ਲੈਬਸ ਦੀਆਂ ਪੋਸਟਾਂ ਖਾਲੀ ਪਈਆਂ ਸੀ ਬਹੁਤ ਸਾਰੀਆਂ ਫੋਰੈਂਸਿਕ ਸਾਇੰਸ ਦੀਆਂ ਰਿਪੋਰਟਾਂ ਹੁੰਦੀਆਂ ਲੱਗੀਆਂ ਜਿਹੜੇ ਜਿਹੜੀਆਂ ਅਦਾਲਤਾਂ ਦੇ ਅੰਦਰ ਜਿਨ੍ਹਾਂ ਨੂੰ ਬਤੌਰ ਐਵੀਡੈਂਸ ਬਤੌਰ ਸਬੂਤ ਵਰਤਿਆ ਜਾਂਦਾਗਾ ਡਿਲੇ ਹੋ ਜਾਂਦੀਆਂ ਸੀਗੀਆਂ ਔਰ ਬਹੁਤ ਸਾਰੇ ਮੁਕੱਦਮਿਆਂ ਦਾ ਫੈਸਲਾ ਸਹੀ ਸਹੀ ਸਮੇਂ ਸਰ ਨਹੀਂ ਹੁੰਦਾ ਸੀਗਾ ਸੋ ਉੱਥੇ ਉਹਨਾਂ ਅਸਾਮੀਆਂ ਨੂੰ ਸੀ ਪ੍ਰਬੰਧਕੀ ਦਿੱਤੀ ਆ ਤਾਂ ਕਿ ਰੂਲ ਅਮੈਂਡ ਹੋ ਕੇ ਉੱਥੇ ਨਵੇਂ ਜਿਹੜੇ ਭਰਤੀ ਕੀਤੀ ਜਾ ਸਕੇ ਔਰ ਫਰੈਂਸਿਕ ਸਾਇੰਸ ਲੈਬਾਰਟਰੀ ਦੀਆਂ ਰਿਪੋਰਟਾਂ ਜਿਹੜੀਆਂ ਨੇ ਉਹ ਸਮੇਂ ਸਿਰ ਅਦਾਲਤਾਂ ਦੇ ਅੰਦਰ ਪਹੁੰਚ ਸਕਣ ਔਰ ਇਸ ਤੋਂ ਬਿਨਾ ਜਿਹੜੀ ਅੱਜ ਦਾ ਅਹਿਮ ਤੇ ਵੱਡੀ ਜਿਹੜੀ ਅਸੀਂ ਅੱਜ ਦਾ ਡਿਸੀਜਨ ਹੋਇਆ ਪੰਜਾਬ ਦੇ ਅੰਦਰ ਨਵੀਂ ਜਿਹੜੀ ਉਦਯੋਗਕ ਅਤੇ ਵਪਾਰਕ ਵਿਕਾਸ ਨੀਤੀ ਦਾ ਅੱਜ ਅੱਜ ਦੀ ਜਿਹੜੀ ਕੈਬਨਿਟ ਸੀ ਉਹਨੇ ਪ੍ਰਵਾਨਗੀ ਦਿੱਤੀ ਹੈਗੀ ਪਹਿਲੀ ਜਿਹੜੀ ਪਾਲਿਸੀ ਸੀ ਜਿਹੜੀ ਪੁਰਾਣੀ ਪਾਲਿਸੀ ਸੀ ਉਹ 16 10 2022 ਨੂੰ ਖਤਮ ਹੋ ਚੁੱਕੀ ਸੀ ਨਵੀਂ ਪਾਲਿਸੀ ਦਾ ਅੱਜ ਆਗਾਜ਼ ਮਾਨਯੋਗ ਸੀਐਮ ਸਾਹਿਬ ਦੀ ਪ੍ਰਵਾਨਗੀ ਦੇ ਨਾਲ ਕੈਬਨਿਟ ਨੇ ਪ੍ਰਵਾਨਗੀ ਦਿੱਤੀ ਹੈਗੀ ਨਵੀਂ ਜਿਹੜੀ ਉਦਯੋਗਿਕ ਤੇ ਵਿਕਾਸ ਦੀ ਨੀਤੀ ਆਈ ਹੈ ਨਵੀਂ ਜਿਹੜੀ ਸਾਡੀ ਇੰਡਸਟਰੀ ਪਾਲਿਸੀ ਜਿਹੜੀ ਆ ਉਹ ਅੱਜ ਅਸੀਂ ਇੰਟਰੋਡਿਊਸ ਕੀਤੀ ਆ ਇਸੇ ਤਰ੍ਹਾਂ ਸ਼ਾਹਪੁਰ ਕੰਡੀ ਡੈਮ ਪਰਜੈਕਟ ਦੇ ਨਿਰਮਾਣ ਦੇ ਸਬੰਧੀ ਵੀ ਜਿਹੜੀ ਆ ਅੱਜ ਪਾਸ ਕੀਤਾ ਗਿਆ ਔਰ ਇਸ ਤੋਂ ਬਿਨਾ ਹੋਰ ਜਿਹੜੀ ਇੱਕ ਪਾਲਿਸੀ ਆ ਜਿਹੜੀ ਪੰਜਾਬ ਇਲੈਕਟ੍ਰਿਕ ਪੰਜਾਬ ਇਲੈਕਟ੍ਰਿਕ ਵਹੀਕਲ ਪਾਲਿਸੀ 222 ਉਹ ਵੀ ਅੱਜ ਅਸੀਂ ਨਵੀਂ ਪੰਜਾਬ ਦੇ ਅੰਦਰ ਇੰਟਰੋਡਿਊਸ ਕੀਤੀ ਆ ਇਸ ਤੋਂ ਬਿਨਾ ਜਿਹੜੇ ਅਧਿਆਪਕ ਜਿਹੜੇ ਅਧਿਆਪਕ ਜਿਹੜੇ ਸਕੂਲ ਮੁਖੀ ਜਿਨ੍ਹਾਂ ਨੂੰ ਅਸੀਂ ਟ੍ਰੇਨਿੰਗ ਦੇ ਲਈ ਫੌਰਨ ਦੇ ਵਿੱਚ ਭੇਜਿਆਗਾ ਜਿਨ੍ਹਾਂ ਨੂੰ ਸਾਡੇ ਬੱਚਿਆਂ ਨੂੰ ਅੱਛੀ ਐਜੂਕੇਸ਼ਨ ਦੇਣ ਦੇ ਮਕਸਦ ਦੇ ਨਾਲ ਸਾਡੇ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਦੇ ਅੰਦਰ ਇੱਕ ਅੱਛੀ ਐਜੂਕੇਸ਼ਨ ਹੋਵੇ ਤਾਂ ਕਿ ਅਸੀਂ ਆਪਣੇ ਅਧਿਆਪਕਾਂ ਨੂੰ ਬਾਹਰਲੇ ਦੇਸ਼ਾਂ ਦੇ ਵਿੱਚ ਭੇਜੀਏ ਅਸੀਂ ਉਹਨਾਂ ਦੇ ਲਈ ਵੀ ਅੱਜ ਨਵੀਆਂ ਜਿਹੜੀਆਂ ਸੌਦਾ ਕੀਤੀਆਂ ਨਗੀਆਂ ਸੋ ਮੈਂ ਹੁਣ ਅਮਨ ਅਰੂੜਾ ਜੀ ਨੂੰ ਰਿਕਵੈਸਟ ਕਰੂੰਗਾ ਕਿ ਆਜ ਦੀ ਜਿਹੜੀ ਨਵੀਂ ਇੰਡਸਟਰੀਅਲ ਪਾਲਿਸੀ ਆ ਉਹਦੇ ਸਬੰਧਿਤ ਡਿਟੇਲ ਦੇ ਨਾਲ ਤੁਹਾਡੇ ਨਾਲ ਸਾਂਝਾ ਕਰਨਗੇ ਨਵੀਂ ਜਿਹੜੀ ਅੱਜ ਦੀ ਇੰਡਸਟਰੀਅਲ ਪਾਲਿਸੀ ਅਸੀਂ ਅਜ ਅਡਾਪਟ ਕੀਤੀ ਹੈ ਇਹ ਤੁਸੀਂ ਤੁਸੀਂ ਆ ਜੀ ਬਹੁਤ ਬਹੁਤ ਧੰਨਵਾਦ ਜੀ ਮੇਰੇ ਬਹੁਤ ਹੀ ਸਤਕਾਰਯੋਗ ਸਾਥੀ ਹਰਪਾਲ ਚੀਮਾ ਜੀ ਦਾ ਜਿਨ੍ਹਾਂ ਨੇ ਇੱਕ ਇੰਟਰੋਡਕਟਰੀ ਅੱਜ ਦਾ ਏਜੰਡਾ ਜਿਹੜਾ ਉਹ ਤੁਹਾਡੇ ਨਾਲ ਡਿਸਕਸ ਕੀਤਾ ਔਰ ਹਰਪਜਨ ਸਿੰਘ ਜੀ ਈਟੀਓ ਸਾਹਿਬ ਸਾਡੇ ਕੈਬਨਟ ਸਾਥੀ ਸੋ ਸਾਥੀਓ ਜਿਵੇਂ ਤੁਹਾਨੂੰ ਚੀਮਾ ਸਾਹਿਬ ਨੇ ਦੱਸਿਆ ਹੈ ਬਰੀਫਲੀ ਅੱਜ ਬੜੇ ਅਹਿਮ ਇਸ਼ੂਜ਼ ਨੇ ਜਿਹੜੇ ਉਹ ਡਿਸਕਸ ਹੋਏ ਨੇ ਤੇ ਉਹਨਾਂ ਬਾਰੇ ਭਵੰਤਮਨ ਜੀ ਦੀ ਸਰਕਾਰ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਫੈਸਲਾ ਲਿਆ ਹੈ ਜਿਹੜੇ ਮੇਨ ਚਾਰ ਪੰਜ ਇਸ਼ੂਜ਼ ਜਿਨ੍ਹਾਂ ਦੇ ਉੱਪਰ ਅਸੀਂ ਫੋਕਸ ਕਰਨਾ ਚਾਹਾਂਗੇ ਜਿਵੇਂ ਇੰਡਸਟਰੀਅਲ ਪਾਲਿਸੀ ਦੀ ਗੱਲ ਕੀਤੀ ਹੈ ਮੈਂ ਸਮਝਦਾ ਕਿ ਅੱਜ ਪੰਜਾਬ ਨੂੰ ਇਨਵੈਸਟਮੈਂਟ ਦੇ ਪਰਪਸ ਦੇ ਨਾਲ ਇੰਡਸਟਰੀ ਦੇ ਪਰਪਸ ਦੇ ਨਾਲ ਮੋਸਟ ਫੇਵਰਡ ਡੈਸਟੀਨੇਸ਼ਨ ਪੂਰੇ ਮੁਲਕ ਦੇ ਵਿੱਚੋਂ ਬਣਾਉਣ ਦੇ ਲਈ ਭਗਵੰਤਪਾਨ ਜੀ ਖੁਦ ਦਿਨ ਰਾਤ ਮਿਹਨਤ ਕਰ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਉਹ ਕਈ ਥਾਵਾਂ ਦੇ ਉੱਪਰ ਹైదరాబాద్ ਬੰਬੇ ਜਰਮਨੀ ਜਾ ਕੇ ਆਏ ਨੇ ਜਿਹਦੇ ਨਾਲ ਇੱਕ ਬਹੁਤ ਵੱਡੀ ਇਨਵੈਸਟਮੈਂਟ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਆ ਰਹੀ ਹੈ ਔਰ ਮੈਨੂੰ ਦੱਸਦੇ ਖੁਸ਼ੀ ਹੋ ਰਹੀ ਹੈ ਕਿ ਪਾਵਰ ਸੈਕਟਰ ਪਾਵਰ ਅੱਜ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਪੂਰੇ ਮੁਲਕ ਨਾਲੋਂ ਅੱਜ ਸਭ ਤੋਂ ਲੋਏਸਟ ਰੇਟਾਂ ਦੇ ਉੱਪਰ ਹੈ ਤੇ ਜੇ ਕਮਿਊਲੇਟਿਵਲੀ ਜੇ ਤੁਸੀਂ ਟੋਟਲ ਸਬਸਿਡੀ ਕੰਪੋਨੈਂਟ ਦੀ ਆਪਾਂ ਗੱਲ ਕਰ ਲਈਏ ਇੰਡਸਟਰੀ ਨੂੰ ਤੇ ਤਕਰੀਬਨ ਤਕਰੀਬਨ 2600 ਕਰੋੜ ਰੁਪਏ ਬਣ ਜਾਂਦੀ ਹੈ ਜਿਹੜੀ ਕਿ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਦਿੱਤੀ ਜਾ ਰਹੀ ਹੈ ਇਸੇ ਤਰੀਕੇ ਦੇ ਨਾਲ ਆ ਇੰਡਸਟਰੀ ਨੂੰ ਔਰ এমਪਲੋਇਮੈਂਟ ਜਨਰੇਟ ਕਰਨ ਦੇ ਪਰਪਸ ਦੇ ਨਾਲ ਆ ਐਂਕਰ ਇੰਡਸਟਰੀ ਦੇ ਵਿੱਚ ਜਿਹੜੇ ਵੀ এমਪਲੋਈ ਰੱਖੇ ਜਾਣਗੇ ਜਿਓ ਐਸਸੀ ਬੀਸੀ ਓਬੀਸੀ ਲੇਡੀਆਂ ਹੋਣਗੇ ਤੇ 48000 ਰੁਪਏ ਉਹਨਾਂ ਨੂੰ ਪਰ ਇਅਰ ਸਰਕਾਰ ਨੇ ਦੇਣੇ ਜੇ ਜਨਰਲ ਕੈਟਾਗਰੀ ਦੇ ਵਿੱਚ ਜੈਂਟਸ ਰੱਖੇ ਜਾਣਗੇ ਤਾਂ 36000 ਪਰ ਇਅਰ ਅ ਸਰਕਾਰ ਵੱਲੋਂ ਜਿਹੜੇ ਉਹ ਦਿੱਤੇ ਜਾਣੇ ਨੇ ਇਸੇ ਤਰੀਕੇ ਦੇ ਨਾਲ ਅ ਪ੍ਰੋਜੈਕਟਾਂ ਦੀ ਅਪਰੂਵਲ 25 ਕਰੋੜ ਤੱਕ ਦਾ ਕੋਈ ਪ੍ਰੋਜੈਕਟ ਹੋਵੇ ਚੰਡੀਗੜ੍ਹ ਧੱਕੇ ਖਾਨ ਦੀ ਲੋੜ ਨਹੀਂ ਡਿਸਟ੍ਰਿਕਟ ਲੈਵਲ ਦੇ ਉੱਪਰ ਵਿਥਿਨ ਟਾਈਮ ਫਰੇਮ ਉਹਨਾਂ ਨੂੰ ਅਪਰੂਵਲਸ ਨੇ ਜਿਹੜੀਆਂ ਉਹ ਮਿਲ ਜਾਣੀਆਂ ਨੇ ਇੰਡਸਟਰੀਅਲ ਨਵੇਂ ਇੰਡਸਟਰੀ ਪਾਰਕ ਨੇ ਜਿਹੜੇ ਉਹਨਾਂ ਦੇ ਉੱਪਰ ਜਿਹੜੀ ਪਲੈਂਟ ਐਂਡ ਮਸ਼ੀਨਰੀ ਜਿੰਨੇ ਵੀ ਕਾਸਟ ਆਏਗੀ ਉਹਦਾ 125% ਦੀ ਸਬਸਿਡੀ ਹੈ ਜਿਹੜੀ ਉਹ ਗਵਰਨਮੈਂਟ ਵੱਲੋਂ ਉਹ ਦਿੱਤੀ ਜਾਣੀ ਹੈ ਇਸੇ ਤਰੀਕੇ ਨਾਲ ਬਾਰਡਰ ਤੇ ਕੰਢੀ ਏਰੀਆ ਦੇ ਜਿਹੜੇ ਜ਼ੋਨਸ ਨੇ ਉਹਨਾਂ ਨੂੰ ਵੀ ਐਡੀਸ਼ਨਲ ਇਨਸੈਂਟਿਵ ਨੇ ਜਿਹੜੇ ਉਹ 40% ਤੱਕ ਉਹ ਸਰਕਾਰ ਨੇ ਅਲਾਉ ਕੀਤੇ ਨੇ ਇਸ ਪਾਲਿਸੀ ਦੇ ਵਿੱਚ ਬਾਸਮਤੀ ਕਿਉਂਕਿ ਪੰਜਾਬ ਦੇ ਪਾਣੀ ਦੀ ਕਾਫੀ ਹੱਦ ਤੱਕ ਨਾਰਮਲ ਜੀਰੀ ਨਾਲੋਂ ਉਹ ਬਚਤ ਕਰਦੀ ਹੈ ਇਹਦੇ ਲਈ ਜਿਹੜੇ ਕੋਈ ਬਾਸਮਤੀ ਦੀ ਪ੍ਰੋਮੋਸ਼ਨ ਦੇ ਲਈ ਮੰਡੀ ਫੀਸ ਹੈ ਜਿਹੜੀ ਜਿਹੜੇ ਕੋਈ ਬਾਸਮਤੀ ਨਾਲ ਰਿਲੇਟਡ ਪ੍ਰੋਜੈਕਟ ਲੱਗਣਗੇ ਮੰਡੀ ਫੀਸ ਹੈ ਜਿਹੜੀ ਉਹ ਐਗਜ਼ੈਮਟ ਕੀਤੀ ਜਾਏਗੀ ਇਸੇ ਤਰੀਕੇ ਦੇ ਨਾਲ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਲਈ ਸਰਫੇਸ ਵਾਟਰ ਜਿਹੜੇ ਵੀ ਕੋਈ ਇੰਡਸਟਰੀ ਯੂਜ਼ ਕਰੇਗੀ 25% ਉਹਨਾਂ ਨੂੰ ਜਿਹੜੇ ਵਾਟਰ ਯੂਸੇਜ ਚਾਰजेस ਨੇ ਉਹ ਘੱਟ ਲੱਗਣਗੇ ਸੋ ਇਹ ਕਈ ਕਈ ਅਹਿਮ ਇਸ਼ੂਜ਼ ਨੇ ਜਿਹੜੇ ਫੈਸਲਾ ਕੀਤਾ ਗਿਆ ਇਸ ਪਾਲਿਸੀ ਦਾ ਹਿੱਸਾ ਬਣੇ ਨੇ ਔਰ ਇਹ ਕੋਈ ਇਹ ਨਹੀਂ ਹੈ ਕਿ ਪਿਛਲੇ ਸਰਕਾਰਾਂ ਵਾਂਗੂ ਇਹ ਮਾਨ ਸਾਹਿਬ ਨੇ ਜਾਂ ਸਾਡੀ ਸਰਕਾਰ ਨੇ ਡਰਾਇੰਗ ਰੂਮਾਂ ਦੇ ਵਿੱਚ ਬੈਠ ਕੇ ਇਹ ਫੈਸਲੇ ਲੈ ਲੇ ਇੰਡਸਟਰੀ ਦੇ ਨਾਲ ਬਹੁਤ ਮੀਟਿੰਗਾਂ ਹੋਈਆਂ ਉਹਨਾਂ ਤੋਂ ਸੁਝਾਅ ਮੰਗੇ ਕਿ तकरीबन 1000 ਤੋਂ ਵੱਧ ਸੁਝਾਅ ਨੇ ਜਿਹੜੇ ਉਹ ਇੰਡਸਟਰੀ ਕੋਲੋਂ ਆਏ ਤੇ ਉਹਨਾਂ ਨੂੰ ਇਹਨਾਂ ਦੇ ਵਿੱਚ ਇਨਕੋਰਪੋਰੇਟ ਜਿਹੜਾ ਕੀਤਾ ਗਿਆ ਸੋ ਮੈਂ ਸਮਝਦਾ ਕਿ ਇਹ ਇਹ ਪਾਲਿਸੀ ਆਉਣ ਦੇ ਨਾਲ ਜਿਹੜੇ ਇਨਵੈਸਟਰ ਸਮਿਟ ਅਸੀਂ ਕਰਾਉਣ ਜਾ ਰਹੇ ਆ ਉਹ ਇੱਕ ਹਿਊਜ ਸਕਸੈਸ ਹੋਏਗਾ ਤੇ ਪੰਜਾਬ ਸਭ ਤੋਂ ਫੇਵਰਿਟ ਡੈਸਟੀਨੇਸ਼ਨ ਹੈ ਜਿਹੜੀ ਉਹ ਪੂਰੇ ਮੁਲਕ ਦੇ ਵਿੱਚ ਬਣਨ ਜਾ ਰਹੀ ਹੈ ਇਸ ਤੋਂ ਇਲਾਵਾ ਜਿਵੇਂ ਚੀਮਾ ਸਾਹਿਬ ਨੇ ਦੱਸਿਆ ਕਿ ਸ਼ਾਹਪੁਰ ਕੰਡੀ ਪ੍ਰੋਜੈਕਟ ਡੈਮ ਪ੍ਰੋਜੈਕਟ ਜਿਹੜਾ ਲੰਬੇ ਸਮੇਂ ਤੋਂ ਪੈਂਡਿੰਗ ਪਿਆ ਸੀਗਾ ਕਿਉਂਕਿ ਜੇ ਐਨ ਕੇ ਦੇ ਨਾਲ ਉਹਦਾ ਡਿਸਪਿਊਟ ਚੱਲ ਰਿਹਾ ਸੀਗਾ ਉਹ ਮਾਨ ਸਾਹਿਬ ਦੇ ਐਫਰਟਸ ਦੇ ਨਾਲ ਔਰ ਸਾਰੇ ਸਾਥੀਆਂ ਨੇ ਬੜੀ ਹਿੰਮਤ ਮਾਰੀ ਈਟੀਓ ਸਾਹਿਬ ਨੇ ਖੁਦ ਉਸ ਨੂੰ ਫੋਲੋ ਅਪ ਕੀਤਾ ਤੇ 75 ਕਰੋੜ ਰੁਪਏ ਦਾ ਦੇ ਨਾਲ ਉਹ ਇਸ਼ੂ ਜਿਹੜਾ ਸੈਟਲ ਹੋ ਗਿਆ ਤੇ 31 7 31 ਜੁਲਾਈ 2023 ਤੱਕ ਇਸੇ ਸਾਲ ਇਹ 206 ਮੈਗਾਵਾਟ ਦਾ ਪ੍ਰੋਜੈਕਟ ਹੈ ਜਿਹੜਾ ਇਹ ਸਟਾਰਟ ਹੋ ਜਾਏਗਾ ਔਰ ਬੜੀ ਜਲਦੀ ਇਹਦਾ ਲਾਭ ਹੈ ਜਿਹੜਾ ਪੰਜਾਬ ਨੂੰ ਮਿਲਣਾ ਸ਼ੁਰੂ ਹੋ ਜਾਏਗਾ ਤੁਸੀਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਹੋਵੇਗਾ ਕਿ ਪਿਛਲੀਆਂ ਸਰਕਾਰਾਂ ਚਾਹੇ ਅਕਾਲੀ ਦਲ ਦੀ ਸੀ 10 ਸਾਲ ਕਾਂਗਰਸ ਦੀ ਸੀ 15 ਸਾਲਾਂ ਦੇ ਵਿੱਚ ਰੇਤ ਮਾਫੀਆ ਪੰਜਾਬ ਨੂੰ ਤੇ ਪੰਜਾਬ ਦੇ ਸੋਮਿਆਂ ਨੂੰ ਲੁੱਟ ਕੇ ਖਾ ਗਿਆ ਅੱਜ ਉਸ ਨੂੰ ਪੱਕੀ ਠੱਲ ਪਾਉਣ ਦੇ ਲਈ ਇੱਕ ਅਹਿਮ ਫੈਸਲਾ ਪੰਜਾਬ ਦੀ ਕੈਬਨਿਟ ਦੇ ਵਿੱਚ ਕੀਤਾ ਜਿਸ ਦੇ ਵਿੱਚ ਇਹ ਅਲਾਉ ਕਰਵਾਇਆ ਜਾ ਚੁੱਕਿਆ ਹੈ ਹਾਈ ਕੋਰਟ ਵੱਲੋਂ ਵੀ ਔਰ ਸੀਆ ਦੀ ਜਿਹੜੀਆਂ ਪਰਮਿਸ਼ਨਸ ਨੇ ਸਾਰੀਆਂ ਅਪਰੂਵਲਸ ਆ ਚੁੱਕੀਆਂ ਤੇ ਫੈਸਲਾ ਹੋ ਚੁੱਕਿਆ ਔਰ ਪਰਸੋਂ ਨੂੰ ਯਾਨੀ ਕਿ 5 ਫਰਵਰੀ ਨੂੰ ਖੁਦ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਲੁਧਿਆਣੇ ਦੇ ਵਿੱਚ ਉਦਘਾਟਨ ਕਰਨ ਜਾ ਰਹੇ ਨੇ ਸ਼ੁਰੂਆਤ ਕਰਨ ਜਾ ਰਹੇ ਨੇ ਜਿਸ ਦੇ ਤਹਿਤ ਇਮੀਡੀਏਟਲੀ ਪਰਸੋ ਤੋਂ ਹੀ 7 ਜ਼ਿਲ੍ਹਿਆਂ ਦੇ ਵਿੱਚ 18 ਸਾਈਟਾਂ ਨੇ ਜਿਹੜੀਆਂ ਉਹਨਾਂ ਦੇ ਵਿੱਚੋਂ ਰੇਤਾ ਇਸ ਤਰੀਕੇ ਨਾਲ ਐਕਸਟ੍ਰੈਕਟ ਕੀਤਾ ਜਾਵੇ ਕਿ ਕੋਈ ਵਿਅਕਤੀ ਆਪਣਾ ਟਰੈਕਟਰ ਟਰਾਲੀ ਲੈ ਕੇ ਜਾਵੇ ਤੇ ਉੱਥੋਂ ਮੈਨੂਲੀ ਉਹ ਟਰੈਕਟਰ ਟਰਾਲੀ ਭਰ ਕੇ ਲੈ ਕੇ ਆ ਸਕਦੇ ਤੇ ਰੇਟ ਉਹਨੂੰ ਲੱਗੇਗਾ ਸਿਰਫ 5.5 ਰੁਪਏ ਪਰ ਫੁੱਟ ਤੇ ਇਹਨਾਂ ਦੇ ਉੱਪਰ ਮਹਿਕਮੇ ਦੇ ਮਾਈਨਿੰਗ ਮਹਿਕਮੇ ਦੇ ਅਫਸਰ ਬੈਠਣਗੇ ਔਰ ਇਹਦੀ ਇਹਦੇ ਨਾਲ ਮੈਂ ਸਮਝਦਾ ਕਿ ਅੱਜ ਹੀ ਇੰਪੈਕਟ ਇਨਾ ਕ ਪੈਣਾ ਸ਼ੁਰੂ ਹੋ ਗਿਆ ਇਸ ਪਾਲਿਸੀ ਦੇ ਨਾਲ ਦੇਖਣਾ ਸ਼ੁਰੂ ਹੋ ਗਿਆ ਕਿ ਤੁਸੀਂ ਲੁਧਿਆਣਾ ਪਤਾ ਕਰ ਲੋ ਤੁਸੀਂ ਪਠਾਨਕੋਟ ਪਤਾ ਕਰ ਲੋ ਰੇਤੇ ਦੇ ਰੇਟ ਨੇ ਜਿਹੜੇ ਉਹ ਸਬਸਟੈਂਸ਼ੀਅਲੀ ਬਹੁਤ ਹੱਦ ਤੱਕ ਘਟ ਚੁੱਕੇ ਨੇ ਇਹਦੇ ਨਾਲ ਅੱਜ ਪਰਸੋਂ ਨੂੰ ਇਹ ਸ਼ੁਰੂਆਤ ਕਰਨਗੇ ਸੀਐਮ ਸਾਹਿਬ ਔਰ 31 ਤਿੰਨ ਤੱਕ ਯਾਨੀ ਕਿ ਹੋਰ ਦੋ ਮਹੀਨਿਆਂ ਦੇ ਵਿੱਚ ਵਿੱਚ ਤਕਰੀਬਨ 14 ਜ਼ਿਲ੍ਹਿਆਂ ਦੇ ਵਿੱਚ 50 ਸਾਈਟਾਂ ਨੇ ਜਿਹੜੀਆਂ ਉਹ ਇਸ ਤਰੀਕੇ ਦੇ ਨਾਲ ਚਾਲੂ ਹੋ ਜਾਣਗੀਆਂ ਕਿ ਕੋਈ ਵਿਅਕਤੀ ਆਪਦੇ ਘਰ ਦੀ ਵਰਤੋਂ ਦੇ ਲਈ ਜਾਵੇ ਟਰੈਕਟਰ ਟਰਾਲੀ ਲੈ ਕੇ ਜਾਵੇ ਕਿਸੇ ਅੰਡੀ ਗੌਂਡੀ ਦਾ ਟਰੈਕਟਰ ਟਰਾਲੀ ਲੈ ਕੇ ਜਾਵੇ ਤੇ ਉੱਥੋਂ ਮੈਨੂਲੀ ਰੇਤਾ ਭਰ ਲਿਆਵੇ 5.5 ਰੁਪਏ ਉਹਨੂੰ ਕੋਸਟ ਕਰਨੀ ਹੈ ਆਉਣ ਜਾਣ ਦਾ ਖਰਚਾ ਉਸ ਵਿਅਕਤੀ ਦਾ ਆਪਣਾ ਹੋਏਗਾ ਪਰ ਮੈਂ ਸਮਝਦਾ ਕਿ ਇਹਦੇ ਨਾਲ ਹੀ ਜਿਹੜਾ ਇੱਕ ਵੱਡੇ ਪੱਧਰ ਤੇ ਉੱਪਰ ਪੰਜਾਬ ਦੇ ਵਿੱਚ ਮਾਫੀਆ ਚੱਲ ਰਿਹਾ ਸੀਗਾ ਉਹਨੂੰ ਜੜੋਂ ਪੱਟ ਕੇ ਖਤਮ ਕਰਨ ਦਾ ਕੰਮ ਹੈ ਜਿਹੜਾ ਉਹ ਇਸ ਫੈਸਲੇ ਦੇ ਨਾਲ ਮਾਨ ਸਰਕਾਰ ਨੇ ਕਰ ਦਿੱਤਾ ਹੈ ਔਰ ਇਸੇ ਤਰੀਕੇ ਦੇ ਨਾਲ ਆ ਇਲੈਕਟ੍ਰਿਕ ਵਹੀਕਲ ਪਾਲਿਸੀ ਦੀ ਗੱਲ ਚੀਮਾ ਸਾਹਿਬ ਨੇ ਕੀਤੀ ਹੈ ਇਲੈਕਟ੍ਰਿਕ ਵਹੀਕਲ ਪਾਲਿਸੀ ਨੂੰ ਕੈਬਨਿਟ ਪਹਿਲਾਂ ਅਪਰੂਵਲ ਹੋ ਰਹਾ ਮੈ ਸਮਝਦਾ ਕਿ ਅੱਜ ਪੱਕੀ ਮੋਹਰ ਹੈ ਉਹਦੇ ਉੱਪਰ ਲੱਗ ਚੁੱਕੀ ਹੈ ਇਲੈਕਟ੍ਰਿਕ ਵਹੀਕਲ ਔਨ ਆਲੇ ਸਮੇਂ ਦਾ ਪੁਵੇਖ ਹੈ ਤੇ ਉਹ ਜੇ ਸਕ੍ਰੈਪ ਦੇ ਵਿੱਚ ਕੋਈ ਗੱਡੀ ਵਿਅਕਤੀ ਚੇਂਜ ਕਰਦਾ ਹੈ ਪੁਰਾਣੀ ਗੱਡੀ ਦੀ ਜਗ੍ਹਾ ਤੇ ਨਵੀਂ ਇਲੈਕਟ੍ਰਿਕ ਵਹੀਕਲ ਲੈਂਦਾ ਤਾਂ ਉਹਨੂੰ 15% ਜਿਹੜੇ ਉਹਦੇ ਰਜਿਸਟ੍ਰੇਸ਼ਨ ਚਾਰजेस ਨੇ ਉਹਦੇ ਵਿੱਚ ਬੈਨੀਫਿਟ ਹੈ ਜਿਹੜਾ ਉਹ ਮਿਲੂਗਾ ਚਾਰਜਿੰਗ ਸਟੇਸ਼ਨਸ ਨੇ ਜਿਹੜੇ ਉਹ ਵੱਡੇ ਪੱਧਰ ਦੇ ਉੱਪਰ ਪੰਜਾਬ ਦੇ ਵਿੱਚ ਲਾਏ ਜਾਣਗੇ ਤਾਂ ਕਿ ਇਸ ਪਾਸੇ ਲੋਕਾਂ ਨੂੰ ਪ੍ਰਮੋਟ ਕੀਤਾ ਜਾ ਸਕੇ ਔਰ ਜਿਹੜੇ ਜਿਹੜੀ ਕਨਵੈਨਸ਼ਨਲ ਗੱਡੀਆਂ ਨੇ ਉਹਨਾਂ ਤੋਂ ਹੌਲੀ-ਹੌਲੀ ਸ਼ਿਫਟ ਕੀਤਾ ਜਾ ਸਕੇ ਇਲੈਕਟ੍ਰੋਨਿਕ ਵਹੀਕਲਸ ਵੱਲ ਔਰ ਇਸੇ ਤਰੀਕੇ ਦੇ ਨਾਲ ਇੱਕ ਬਹੁਤ ਵੱਡਾ ਔਰ ਅਹਿਮ ਫੈਸਲਾ ਜਿਹੜੇ ਅੱਜ ਤੱਕ ਸ਼ਾਇਦ ਕਦੇ ਪੰਜਾਬ ਦੇ ਲੋਕਾਂ ਨੇ ਪਿਛਲੇ ਸਰਕਾਰਾਂ ਦੇ ਸਮੇਂ ਸੋਚਿਆ ਵੀ ਨਾ ਹੋਵੇ ਟੀਚਰਜ਼ ਨੂੰ 36 ਟੀਚਰਜ਼ ਨੂੰ ਸਿੰਗਾਪੁਰ ਭੇਜਣ ਦਾ ਫੈਸਲਾ ਜਿਹੜਾ ਉਹ ਸਰਕਾਰ ਵੱਲੋਂ ਕੀਤਾ ਗਿਆ ਔਰ ਇਹ ਪਰਸੋਂ ਤੋਂ 6 ਤਾਰੀਖ ਤੋਂ 11 ਤਾਰੀਖ ਦਾ ਇਹਨਾਂ ਦਾ ਟੂਰ ਹੈ ਉਥੋਂ ਸਿੱਖ ਕੇ ਆਉਣਗੇ ਦੇਖ ਕੇ ਆਉਣਗੇ ਤਾਂ ਕਿ ਉਹੀ ਵਿੱਦਿਆ ਜਿਨ੍ਹਾਂ ਨੂੰ ਜਿਸ ਨੂੰ ਲੈਣ ਦੇ ਲਈ ਬੱਚੇ ਅੱਜਕੱਲ ਮਾਪਿਆਂ ਨੂੰ ਮਜਬੂਰਨ ਬਾਹਰ ਭੇਜਨੇ ਪੈਂਦੇ ਨੇ ਉਹ ਪੰਜਾਬ ਦੇ ਵਿੱਚ ਉਹ ਮਾਹੌਲ ਹੈ ਬਣਾ ਸਕੀਏ ਔਰ 100 ਸਕੂਲ ਆਫ ਐਮਿਨੈਂਸ ਜਿਹੜਾ ਪਿਛਲੇ ਸਾਡਾ ਫਲੈਗਸ਼ਿਪ ਪ੍ਰੋਗਰਾਮ ਹੈ ਉਹਨਾਂ ਨੂੰ ਵੀ ਮਨਜ਼ੂਰੀ ਆ ਜਿਹੜੀ ਪੰਜਾਬ ਦੇ ਵਿੱਚ ਬਣਾਉਣ ਦੀ ਇਸ ਕੈਬਨਿਟ ਵੱਲੋਂ ਦਿੱਤੀ ਜਾ ਚੁੱਕੀ ਹੈ ਸੋ ਮੈਂ ਸਮਝਦਾ ਕਿ ਬਹੁਤ ਅਹਿਮ ਫੈਸਲੇ ਨੇ ਜਿਹੜੇ ਉਹ ਇਸ ਕੈਬਨਿਟ ਦੇ ਵਿੱਚ ਅੱਜ ਦੀ ਮੀਟਿੰਗ ਦੇ ਵਿੱਚ ਕੀਤੇ ਗਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਸਾਰੇ ਫੈਸਲਿਆਂ ਦਾ ਲਾਹੇ ਜਿਹੜਾ ਉਹ ਪੰਜਾਬ ਦੇ ਵਿੱਚ ਹਰ ਵਿਅਕਤੀ ਨੂੰ ਵੱਡੇ ਪੱਧਰ ਦੇ ਉੱਪਰ ਦੇਖਣ ਨੂੰ ਮਿਲੇਗਾ ਮਾਈਨਿੰਗ ਪਾਲਿਸੀ ਬਾਰੇ ਤੁਸੀਂ ਉਹ ਗੱਲ ਕੀਤੀ ਹੈ ਵੀ ਹਰ ਇੱਕ ਬੰਦਾ ਜਿਹੜਾ ਹੈਗਾ ਆਪਣਾ ਟ੍ਰੈਡ ਟਰადი ਲੈ ਕੇ ਜਾਏਗਾ ਕੀ ਉੱਥੇ ਜੇ ਵਪਾਰੀ ਜਾਂਦੇ ਨੇ ਭਰਨ ਦੇ ਲਈ ਆਮ ਤੌਰ ਤੇ ਇਹਲੇ ਹੈਗੇ ਆ ਮਾਫੀਆ ਮਾਫੀ ਆਪਣੇ ਉਹ ਲਾ ਦਿੰਦਾ ਟਿਪਰ ਲਾ ਦਿੰਦਾ ਉਹਨਾਂ ਨੂੰ ਵੀ ਤੁਸੀਂ ਉਸੇ ਦੇਖੋ ਦੇਖੋ ਇਸ ਤਰ੍ਹਾਂ ਟਿਪਰ ਲਾਉਡ ਨਹੀਂ ਹੈਗਾ ਟਰੈਕਟਰ ਟਰਾਲੀ ਲਿਫਟ ਵਾਲੀ ਟਰਾਲੀ ਕੋਈ ਤੁਹਾਡੇ ਕੋਲ ਆਪਣੀ ਹੈਗੀ ਤੁਸੀਂ ਲੈ ਕੇ ਜਾਓ ਤੁਸੀਂ 5.5 ਰੁਪਏ ਨੂੰ ਉੱਥੇ ਭਰ ਲਿਓ ਮੈਂ ਪਰ ਮੈਨੂੰ ਘਰ ਵਾਸਤੇ ਚਾਹੀਦੀ ਹੈ ਮੇਰੇ ਕੋਲ ਟਰੈਕਟਰ ਟਰਾਲੀ ਨਹੀਂ ਹੈ ਮੈਂ ਤੁਹਾਡਾ ਮੰਗ ਕੇ ਲੈ ਕੇ ਜਾ ਸਕਦਾ ਲੈ ਜਾਓ ਕੋਈ ਦਿੱਕਤ ਨਹੀਂ ਹੈਗੀ ਮੈਂ ਆਪਣੇ ਘਰ ਵਾਸਤੇ ਯੂਜ਼ ਕਰ ਲਾਂ ਇਹਦੇ ਵਿੱਚ ਮੇਰੀ ਗੱਲ ਨੂੰ ਸਮਝੋ ਇੱਕ ਮਿੰਟ ਜਦੋਂ ਰੇਟ ਫਿਕਸ ਕਰਤਾ 5.5 ਰੁਪਏ ਤੇ ਮਾਫੀਆ ਕੋਲ ਸਕੋਪ ਹੀ ਨਹੀਂ ਬਚਣਾ ਹੈਗਾ ਆਪਣੇ ਆਪ ਜੇ ਕੋਈ ਮਾਫੀਆ ਚਲਾਉਣ ਦੀ ਕੋਸ਼ਿਸ਼ ਵੀ ਕਰਦਾ ਸੀਗਾ ਤੇ ਉਹ ਜਦੋਂ ਕੰਪੀਟੀਸ਼ਨ ਹੋ ਗਿਆ ਜੇ ਪਹਿਲਾਂ ਤਾਂ ਇਹ ਸੀ ਨਾ ਕਿ ਕੋਈ ਕਰ ਨਹੀਂ ਸਕਦਾ ਹੈਗਾ ਇਸੇ ਕਰਕੇ ਮਾਫੀਆ ਬਣਿਆ ਸੀਗਾ ਜਦੋਂ ਜੇ ਮਾਫੀਆ ਵਾਲਾ ਸਪੋਸ 40 ਰੁਪਏ ਮੰਗਦਾ ਹੈ ਤੇ ਬੰਦਾ ਕਹੇਗਾ ਯਾਰ ਮੈਂ 5.5 ਰੁਪਏ ਨੂੰ ਮੈਂ ਉਹਦੀ ਟਰਾਲੀ ਲੈਣਾ 5.5 ਨੂੰ ਮੈਂ ਥੋਂ ਮੈਂ ਉੱਥੋਂ ਭਰ ਲਿਆ ਉਹਨਾਂ 2.5 ਰੁਪਏ ਮੈਨੂੰ ਟਰਾਂਸਪੋਰਟੇਸ਼ਨ ਦਾ ਖਰਚਾ ਪੈ ਜੂਗਾ ਮੈਂ 8 ਰੁਪਏ ਚ ਘਰੇ ਮੇਰੇ ਕੋਲ ਰੇਤਾ ਪਹੁੰਚਦਾ ਹੋ ਜੂਗਾ ਤੇ 40 ਮਾਫੀਆ ਨੂੰ ਕਿਹਨੇ ਦੇਣੇ ਨੇ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਜਦੋਂ ਸਪਲਾਈ ਇਸ ਆਊਟ ਹੋ ਜੂਗੀ ਔਰ ਸਹੀ ਤਰੀਕੇ ਦੇ ਨਾਲ ਹੋ ਜੂਗੀ ਔਰ ਲੀਗਲ ਖੱਡਾਂ ਦੇ ਵਿੱਚੋਂ ਹੋ ਜੂਗੀ ਤੇ ਮਾਫੀਆ ਆਪਣੇ ਆਪ ਖਤਮ ਹੋ ਜਾਏਗਾ ਟਿੱਪਰ ਬੰਦ ਹੋ ਜੂਗਾ ਟਿੱਪਰ ਬੰਦ ਨੇ ਜੀ ਇਹਨਾਂ ਇਹਨਾਂ ਖੱਡਾਂ ਦੇ ਉੱਪਰ ਇਹਨਾਂ ਖੱਡਾਂ ਦੇ ਉੱਪਰ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਨੇ ਕਿ 18 ਸਾਈਟਾਂ ਨੇ ਜਿਹੜੀਆਂ 7 ਜ਼ਿਲ੍ਹਿਆਂ ਦੇ ਵਿੱਚ ਇਹਨਾਂ ਦੇ ਉੱਪਰ ਟਿੱਪਰ ਮਾਫੀਆ ਕੋਈ ਨਹੀਂ ਹੋਣਗੇ ਤੁਸੀਂ 2 ਮਹੀਨਿਆਂ ਦੇ ਵਿੱਚ ਵਿੱਚ ਅਸੀਂ 14 ਜ਼ਿਲ੍ਹੇ ਨੇ ਜਿਹੜੇ 14 ਜ਼ਿਲ੍ਹੇ ਬੇਸਿਕਲੀ ਉਹੀ ਨੇ